ਇਹ ਘੁੰਮਦਨ ਹਰ ਗਰੀਬ ਆਦਮੀ ਦਾ ਲੱਕ ਤਰੋੜ ਕੇ ਰੱਖ ਛੜਿਆ ਖੋਤੇ ਘੋੜੇ ਦੀ ਕੋਈ ਪਹਿਚਾਨ ਨਹੀਂ ਸਾਰਿਆਂ ਨੂੰ ਬਸ ਮਾਰੀ ਦਵਾਈ ਜਾਂਦੇ ਨੇ ਬਸ ਪੱਕੀ ਦੀ ਹੰਡੀ ਤੇ ਆ ਕੇ ਬਹਿ ਗਿਆ ਕੋਈ ਕਾਰੋਬਾਰ ਬੰਦ ਨਹੀਂ ਸਾਰੀ ਦੁਨੀਆ ਕਮਾਉਂਦੀ ਸਾਰੀ ਦੁਨੀਆ ਖਾਂਦੀ ਗੁਰਬਤ ਮਕਾਨੀ ਹੈ ਕਿ ਗਰੀਬ ਨੂੰ ਮਕਾਣਾ ਮੁਰਗੀ ਆਂਡਾ ਦੇ ਦਿੰਦੀ ਹੈ ਤੇ ਉਹਨੂੰ ਟੈਕਸ ਲਾ ਦਿੱਤਾ ਜੀ ਛੇੜ ਦਿੰਦਾ ਵਾ ਜਦੋਂ ਮੰਗਿਆਈ ਨਹੀਂ ਵੀ ਸੀ ਨਾ ਉਦੋਂ ਵੀ ਮਰ ਰਹੀ ਸੀ ਉਹ ਆਮ ਵੇ ਜਦੋਂ ਆਏਗਾ ਤਾਂ ਫਿਰ ਤੇ ਪਤਾ ਲੱਗੇਗਾ ਹਾਲ ਮਗਾ ਤਾਂ ਕੱਖ ਵੀ ਨਹੀਂ ਬੰਦਾ ਪਿਆ ਸਾਡਾ ਇਸ ਘੁੰਮਤ ਦੇ ਬਾਰੇ ਕੀ ਖਿਆਲ ਇਸ ਘੁੰਮਤ ਦੇ ਬਾਰੇ ਖਿਆਲ ਹੈ ਕਿ ਮਗਾਈ ਨੇ ਹਰ ਬੰਦੇ ਨੇ ਲੱਕ ਤਰੋੜ ਦਿੱਤੀ ਹੈ ਹਰ ਗਰੀਬ ਆਦਮੀ ਪੀਸ ਕੇ ਰਹਿ ਗਿਆ ਉਹ ਘੁੰਮਤ ਮੇਰੇ ਦਿਨ ਮੁਤਾਬਕ ਨਾਕਾਮ ਹੈ ਇਹਦਾ ਕੋਈ ਰੱਦ ਅਮਲ ਨਹੀਂ ਕੋਈ ਫਾਇਦਾ ਨਹੀਂ ਇੱਕ ਚਵਾਨੀ ਦਾ ਫਾਇਦਾ ਨਹੀਂ ਆਸਾ ਕਹਿ ਰਹੇ ਨਾ ਕਿ ਥੋੜੀ ਦੇਰ ਤੋਂ ਬਾਅਦ ਆਵਾਮ ਖੁਸ਼ਹਾਲ ਹੋ ਜਾਏ ਭਾਈ ਸਾਲ ਤੇ ਗੁਜ਼ਰ ਗਿਆ ਹੋਰ ਕਿੰਨਾ ਚਿਰ ਆਵਾਮ ਨੂੰ ਪੀਸੇ ਨੇ ਪਿਛਲੇ ਆਵਾਮ ਨੂੰ ਮਾਰ ਛੱਡਣਾ ਨੇ ਯਾਰ ਇਹ ਮੁਲਕ ਸਾਲ ਹੋ ਗਿਆ ਦੀਵਾਲੀ ਆ ਜਦੋਂ ਦੀ ਘੁੰਮਦੇ ਪਰ ਦੀਵਾਲੀ ਆ ਪਰ ਇੰਨੀ ਮਹਿੰਗਾਈ ਤੋਂ 10 ਸਾਲ ਚ ਨਹੀਂ ਹੋਈ ਜਣੀ ਹੁਣ ਹੋਈ ਹੋਣ ਦੀ ਤਿੰਨ ਨਵਾਂ ਮਹੀਨਾ ਚ ਹੋ ਗਈ ਗਰੀਬ ਆਦਮੀ ਕੀ ਕਰੇ ਕਿੱਥੇ ਜਾਏ ਗਰੀਬ ਆਦਮੀ ਹਰ ਬੰਦਾ ਅਮੀਰ ਤਾਂ ਨਹੀਂ ਨਾ ਜਾਂ ਹਰ ਬੰਦਾ ਕੋਈ ਫੈਕਟਰੀਆਂ ਦਾ ਮਾਲਕ ਹੈ ਹਰ ਬੰਦਾ ਬਾਹਰ ਯੂਰਪ ਗਏ ਆ ਹੈ ਤਾਂ ਗਰੀਬ ਆਦਮੀ ਇੱਥੇ ਹੀ ਆ 100 ਦੇ ਵਿੱਚ 80% ਲੋਕ ਗਰੀਬ ਨੇ ਕਿੱਥੇ ਜਾਣਗੇ ਇਹ ਘੁੰਮਤ ਨੂੰ ਹਰ ਗਰੀਬ ਆਦਮੀ ਦਾ ਲੱਕ ਤਰੋੜ ਕੇ ਰੱਖ ਛੜਿਆ ਦੱਸੋ ਨਾ ਕਿੰਨੇ ਕੁ ਕਾਰੋਬਾਰ ਕੀ ਕਿਹੜੇ ਬੰਦੇ ਕਾਰੋਬਾਰ ਕਰਨ ਡੇ ਨੇ ਸਾਰੀ ਤੁਹਾਡੀ ਵਿਹਲੇ ਬੈਠੇ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਬਦ ਦੁਆ ਨਹੀਂ ਲੈਣੀ ਚਾਹੀਦੀ ਦੁਆ ਲੈਣੀ ਚਾਹੀਦੀ ਹੈ ਘੁੰਮਤ ਭਾਜੀ ਇਹ ਸਹੀ ਨਹੀਂ ਆ ਕਿਉਂ ਨਹੀਂ ਭਾਜ ਛੇੜ ਦਿੰਦਾ ਬਾਤ ਇਮਰਾਨ ਖਾਨ ਕਹਿ ਰਿਹਾ ਮੈਂ ਗਰੀਬ ਆਮ ਵਾਸਤੇ ਸੋਚ ਹੀ ਬੜੀ ਸੋਚੀ ਹੈ ਕਿਹੜੀ ਸੋਚੀ ਹੋਏਗੀ ਕੁਝ ਵਿਖਾਏ ਕੀ ਵਿਖਾਉਂਦਾ ਪਿਆ ਉਹਦਾ ਖੁਸ਼ਹਾਲੀ ਹੈ ਕਿ ਥੋੜ੍ਹਾ ਹੀ ਵਕਤ ਰਹਿ ਗਿਆ ਥੋੜਾ ਵਕਤ ਹੋਇਆ ਹੁਣ ਕਿਹੜੇ ਪਹਿਲੇ ਨੇ ਲਫਾ ਕੇ ਨੇ ਉਹ ਕਹਿ ਰਹੇ ਨਾ ਕਿ ਪਹਿਲਾਂ ਤਾਂ ਮੁਲਕ ਦਾ ਦੀਵਾਲੀਆ ਕਰ ਛੜਿਆ ਖਜ਼ਾਨਾ ਖਾਲੀ ਹੈ ਅੱਛਾ ਠੀਕ ਹੈ ਹੁਣ ਮੈਂ ਕਰਜ਼ਾ ਲਿਆ ਮੁਲਕ ਠੀਕ ਹੋ ਜਾਏਗਾ ਕਿੱਥੇ ਕਰਜ਼ਾ ਹੁਣ ਕਿਹੜਾ ਲਿਆ ਉਹ ਕਿੱਥੇ ਵੇ ਕਿਹੜੀ ਵਾਮ ਨੂੰ ਲਾਣ ਰਿਹਾ ਵਾਮ ਦੀ ਤਾਂ ਪਾੜ ਕੇ ਰੱਖਦਾ ਪਿਆ ਦੁਨੀਆ ਦੇ ਕਦੀ ਸੋਚਿਆ ਜੇ 130 ਰੁਪਏ ਲੀਟਰ ਪੈਟਰੋਲ ਹੋਏਗਾ ਸੋਚਿਆ ਜੇ ਕਦੀ 130 ਤੇ ਹੋਇਆ ਹੀ ਨਹੀਂ ਕਿਉਂ ਨਹੀਂ 130 ਹੋਇਆ ਅਸੀਂ 130 ਰੁਪਏ ਪਵਾਉਂਦੇ ਰਹੇ ਹਾਂ ਯਾਰ ਪਤਾ ਨਹੀਂ ਕਿਹੜੇ ਪੰਪ ਤੋਂ ਪਵਾਉਂਦੇ ਰਹੇ 130 ਦਾ ਹਜੇ ਤੱਕ ਰੇਟ ਹੋਇਆ ਹੀ ਨਹੀਂ ਕਿਉਂ ਨਹੀਂ ਹੋਇਆ 20 ਲਾਓ ਯਾਰ 20 ਕਦੀ ਹੋਇਆ ਸੀ 120 ਹੋਇਆ ਪਹਿਲੀਆਂ ਘੁੰਮਤਾ ਜੀ ਹੈ ਨਹੀਂ ਹੋਇਆ ਪਹਿਲਾਂ ਵਿਖਾਓ ਇਹਦੇ ਜੇ 60 ਤੋਂ 70 60 ਜੇ 70 ਜੇ ਬੋਤਲ 100 ਦੀ ਕਿਤੇ ਲੱਭਦੀ 1.5 ਲੀਟਰ ਦੀ ਬਿਲਕੁਲ ਸਹੀ ਸਹੀ ਲੱਭਦੀ ਹੈ ਹੁਣ ਉਹ ਕੁੜੀ ਨੂੰ ਲੋਲ ਲੈਣੀ 100 ਦੀ ਹੋ ਗਈ ਹੈ ਇੱਥੇ ਆਮ ਕਰੇਗੀ ਜੀ ਭੁੱਖੇ ਮਰਨ ਵਾਲੀ ਗੱਲ ਹੈ ਹੋਰ ਕੀ ਹੈ ਬਿੱਲ ਆਉਂਦੇ ਬੇਸਾਬ ਆ ਚੀਜ਼ ਹੀ ਅੱਗ ਲੱਗੀ ਹੈ ਦਿਹਾੜੀ ਡੱਪਾ ਲਾਉਣ ਵਾਲਾ ਤਾਂ ਬੰਦਾ ਉਂਝ ਮਰ ਚੱਲਾ ਚਾਚਾ ਜੀ ਇਮਰਾਨ ਖਾਨ ਤੇ ਕਹਿ ਰਿਹਾ ਮੈਂ ਗਰੀਬ ਆਮ ਰਹਿਣ ਹੀ ਕੋਈ ਨਹੀਂ ਦੇਣੀ ਰਹਿਣ ਵਾਕੇ ਨਹੀਂ ਦੇਣਾ ਜਦੋਂ ਮਰ ਗਏ ਭੁੱਖੇ ਆਪੇ ਉਹਦੇ ਮੁਲ ਕੰਮ ਉਖਾ ਆਹੋ ਖਾਣ ਵਾਲੇ ਜਿਹੜੇ ਤਗੜੇ ਲੋਕ ਨੇ ਉਹਨਾਂ ਨੂੰ ਕੋਈ ਭੁੱਖ ਨਹੀਂ ਕਹਿੰਦਾ ਮੈਂ ਗਰੀਬ ਆਮ ਵਾਸਤੇ ਬੜੀਆਂ ਸਹੂਲਤਾਂ ਬਣਾਵਾਂਗਾ ਅਜੇ ਤਾਂ ਕੱਖ ਨਹੀਂ ਮੈਂ ਬਣਾਉਂਦਾ ਅਜੇ ਤਾਂ ਭੁੱਖਿਆ ਮਾਰਦਾ ਪਿਆ ਅੱਛਾ ਆ ਬਿਲਕੁਲ ਭੁੱਖੇ ਮਰਦੇ ਵਿਚਾਰੇ ਗਰੀਬ ਕਾਰੋਬਾਰ ਚੱਲਦੇ ਪਏ ਨੇ ਕਾਰੋਬਾਰ ਕੋਈ ਵੀ ਨਹੀਂ ਚੱਲਦੇ ਇਹਨਾਂ ਵੇਖੋ ਕਾਰੋਬਾਰ ਚੱਲਦੇ ਨੇ 50,000 ਕਿਸੇ ਨੂੰ 30,000 ਕਿਸੇ ਨੂੰ 20,000 ਆ ਬਿੱਲ ਪਿਆਉਂਦਾ ਕੀ ਗਰੀਬਾਂ ਖਾਣ ਖਾਣਾ ਜਿਹੜੇ ਬੱਚੇ ਨਿੱਕੇ ਨਿੱਕੇ ਨੇ ਦਿਹਾੜੀ 600-700 ਚ ਲਾ ਕੇ ਆਉਂਦਾ ਕਿੱਥੇ ਬਿੱਲ ਦੇ ਕੇ ਉਹ ਘਰ ਖਾਏ ਕਿ ਹਾਂਡੀ ਪਕਾਏ 100 ਰੁਪਈਏ ਤਾਂ ਭਾੜਿਆ ਹੀ ਸਬਜ਼ੀ ਲੈ ਲਓ 100 ਰੁਪਈਏ ਪਹਿਲੀ ਘੁੰਮਤ ਨੇ ਛੱਡੇ ਖਜ਼ਾਨੇ 'ਚ ਕੁਝ ਨਹੀਂ ਉਹ ਛੱਡਿਆ ਉਹਨੇ ਨਹੀਂ ਇਹ ਛੱਡਿਆ ਉਹ ਦੁਨੀਆ ਆਰਾਮ ਸੀ ਕਰਜ਼ਾ ਵੀ ਤਾਂ ਕਿੰਨਾ ਚੜ ਗਿਆ ਕਰਜ਼ਾ ਚੜ ਗਿਆ ਲੋਕ ਆਰਾਮ ਸਨ ਟੁੱਕਰ 'ਚ ਬੁਰਕੀ ਖਾਂਦੇ ਹਨ ਪਏ ਵਿਚਾਰੇ ਦਿਹਾੜੀ ਡੱਪਾ ਚੰਗਾ ਲੱਗਦਾ ਇਸ ਚੀਜ਼ਾਂ ਰਿਆਜ਼ ਸਨ ਉਹ ਕਰਜ਼ੇ ਨੂੰ ਕੀ ਕਰਨਾ ਜਦੋਂ ਦੁਨੀਆ ਹੀ ਮਰਦੀ ਹੈ ਭੁੱਖੀ ਦੇ ਕੀ ਕਰਜ਼ੇ ਨੂੰ ਕਰੇ ਜੀ ਨਹੀਂ ਲੇਕਿਨ ਵੇਖੋ ਨਾ ਖਾਨ ਸਾਹਿਬ ਕਹਿ ਰਹੇ ਨੇ ਕਿ ਮੈਂ ਕਰਜ਼ਾ ਵੀ ਲਾ ਰਿਹਾ ਆਵਾਮ ਨੂੰ ਖੁਸ਼ਹਾਲ ਵੀ ਕਰਨਾ ਉਹਦੇ ਹੁਣ ਕਦੋਂ ਕਰਨਾ ਜਦੋਂ ਮਰ ਜਾਂਦੇ ਵਿਚਾਰੇ ਗਰੀਬ ਆਹ ਜਦੋਂ ਮਰਨਾ ਉਦੋਂ ਹੀ ਕੋਲ ਖੁਸ਼ਹਾਲ ਹੋਣਾ ਤੁਸੀਂ ਮੁਤਮਨ ਹੋ ਕੇ ਨਹੀਂ ਮੁਤਮਨ ਕਰ ਰਹੇ ਨਾ ਭੁੱਖੇ ਮਰਨ ਡੇ ਨੇ ਸਾਰੇ ਮੁਤਮਨ ਤਾਂ ਇਹ ਟੁੱਕਰ ਲੱਭੇ ਸਵਾਰ ਨਾਲ ਬੱਚੇ ਪੜ੍ਹਨ ਜੇ ਲੀਰਾਂ ਟੋਲ ਲੈਣੀਆਂ ਨੇ ਉਹ ਨਹੀਂ ਲੈ ਸਕਦਾ ਬੰਦਾ ਗਰੀਬ ਦਿਵਾਲੀਆ ਸਰ ਕਾਹਦਾ ਹੋ ਗਿਆ ਅਗਰ ਉਹਨੂੰ ਕੋਈ ਸਾਲ ਦਿੱਤਾ ਜਾਏ ਤੇ ਅਲਹਮਦੁਲਿਲਾ ਇਹ ਪਾਕਿਸਤਾਨ ਨਿਆ ਪਾਕਿਸਤਾਨ ਹੋਏ ਇਹ ਇਮਰਾਨ ਖਾਨ ਸਾਹਿਬ ਜੋ ਕੰਮ ਕਰ ਰਹੇ ਨੇ ਇਹ ਇਨਸ਼ਾਅੱਲਾ ਨਾ ਪਹਿਲੀਆਂ ਘੁੰਮਤਾਂ ਨੇ ਕੀਤਾ ਨਾ ਆਉਣ ਵਾਲੇ ਨੇ ਕਿਸੇ ਨੇ ਕਰਨਾ ਜੀ ਇਨਸ਼ਾਅੱਲਾ ਅਲਹਮਦੁਲਿਲਾ ਔਰ ਇਮਰਾਨ ਖਾਨ ਸਾਹਿਬ ਜਿਹੜੇ ਟੱਗਰ ਦੇ ਚੱਲ ਰਹੇ ਨੇ ਅਗਰ ਉਹਨਾਂ ਨੂੰ ਕੋਈ 2 ਸਾਲ ਦਿੱਤੇ ਜਾਣ ਤਾਂ ਤੁਸੀਂ ਵੇਖ ਲਿਓ ਤੁਹਾਨੂੰ ਸਮਝ ਆ ਜਾਏਗੀ ਸਾਰੀ ਆਵਾਮ ਨੂੰ ਸਮਝ ਆ ਜਾਏਗੀ ਇੱਕ ਸਾਲ ਦੇ ਵਿੱਚ ਤਾਂ ਅਜੇ ਤੱਕ ਤਾਂ ਉਹ ਪਿਛਲਾ ਹੀ ਨਹੀਂ ਕੋ ਉਹਨਾਂ ਦਾ ਉਹ ਜਿਹੜਾ ਸਮਝਦੇ ਕੋਈ ਪਿਛਲਾ ਹੀ ਨਹੀਂ ਲਿਆ ਸਰ ਜਿਹੜਾ ਉਹ ਪਿਛਲਾ ਉਹਨਾਂ ਦਾ ਅਜੇ ਤੱਕ ਤਾਂ ਉਹ ਹੀ ਨਹੀਂ ਲਿਆ ਅਗਲਾ ਜਿਹੜਾ ਆਏਗਾ ਤੁਹਾਨੂੰ ਸਮਝ ਆ ਜਾਏਗੀ ਇੱਕ ਖਾਨ ਸਾਹਿਬ ਕਰਦੇ ਕੀ ਨੇ ਪਏ ਨਹੀਂ ਹੁਣ ਤਾਂ ਮਹਿੰਗਾਈ ਫਿਲਹਾਲ ਇੰਨੀ ਕਰ ਛੜੀ ਸਰ ਮਹਿੰਗਾਈ ਤੇ ਹੋਣੀ ਸੀ ਗਰੀਬ ਆਮ ਦੇ ਚੀਗਾ ਨਿਕਲੀਆਂ ਚੀਗਾ ਕਾਹਦੀਆਂ ਨਿਕਲੀਆਂ ਨੇ ਸਰ ਲੋਕ ਕਹਿ ਰਹੇ ਇਹ ਲੋਕ ਫਜ਼ੂਲ ਕਹਿ ਰਹੇ ਨੇ ਇੱਕ ਸਿਰਫ ਔਰ ਸਿਰਫ ਇੱਕ ਸਾਲ ਹੋ ਗਿਆ ਇੱਕ ਸਾਲ ਹੋਰ ਦੇਣ ਅਗਰ ਖਾਨ ਸਾਹਿਬ ਸਹੀ ਤਰੀਕੇ ਨਾਲ ਨਾ ਪੂਰਾ ਉਤਰਨ ਜਾਂ ਨਾ ਆਉਣ
ਤੇ ਫਿਰ ਇਹਨਾਂ ਪੂਰਾ ਕਰ ਦਿਓ। ਲੇਕਿਨ ਖਾਨ ਸਾਹਿਬ ਅਲਹਮਦੁਲਿਲਾ ਇੱਕ ਸਾਲ ਦੇ ਵਿੱਚ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਉਹ ਤਾਂ ਅਜੇ ਤਾਂ ਪਿਛਲੀਆਂ ਉਹਨਾਂ ਦਾ ਪੂਰਾ ਨਹੀਂ ਹੋਇਆ, ਅੱਗੋਂ ਇੱਕ ਸਾਲ ਦੇ ਵਿੱਚ ਅਮੀਰ ਔਰ ਗਰੀਬ ਦਾ ਫਰਕ ਖਤਮ ਹੋ ਜਾਏਗਾ ਇਨਸ਼ਾਅੱਲਾ। ਅੱਲਾ ਦੇ ਫਜ਼ਲ ਨਾਲ ਇੱਕ ਸਾਲ ਸਿਰਫ ਮਿਲ ਜਾਏ ਖਾਨ ਸਾਹਿਬ ਨੂੰ, ਅਤੇ ਪੰਜ ਸਾਲ ਦੂਰ ਨੇ, ਇੱਕ ਸਾਲ ਦੇ ਵਿੱਚ ਉਹ ਪਿਛਲਾ ਔਰ ਅਗਲਾ ਹਰ ਚੀਜ਼ ਖਤਮ ਹੋ ਜਾਏਗੀ। ਖਾਨ ਸਾਹਿਬ ਦਾ ਕਹਿਣਾ ਕਿ ਅਸੀਂ ਤਾਂ ਸਿਰਫ ਗਰੀਬ ਆਮ ਵਾਸਤੇ ਇੰਨਾ ਕਦਮ ਚੁੱਕਿਆ, ਗਰੀਬ ਆਦਮੀ ਵਾਸਤੇ ਚੁੱਕਿਆ ਕਿੰਨਾ ਮਿਸਾਲ ਹੋ ਨਹੀਂ ਗਿਆ, ਕਿੱਥੇ ਗਈ ਹੈ? ਗੁਰਬਤ ਮਕਾਣੀ ਹੈ ਕਿ ਗਰੀਬ ਨੂੰ ਮਕਾਉਣਾ ਨੇ, ਇੱਕ ਸੋਚਣ ਵਾਲੀ ਗੱਲ ਹੈ। ਗਰੀਬ ਮਕਾਨ ਡੇ, ਗੁਰਬਤ ਕਾਹਦੀ ਮੁੱਕਣ ਡੀ? ਗਰੀਬ ਕਹਿੰਦੇ ਨੇ ਜੰਮ ਦੀਆਂ ਸੂਲਾਂ ਤਰੀਖੀਆਂ ਹੁੰਦੀਆਂ, ਕੰਟਰੋਲ ਹੋਏ ਤਾਂ ਹਰ ਚੀਜ਼ ਕੰਟਰੋਲ ਹੁੰਦੀ ਹੈ। ਇਹ ਕਿਹੜਾ ਅਸੂਲ ਹੁੰਦਾ ਕਿ ਕਾਨੂੰਨ ਹੁੰਦਾ ਗੁਰਬਤ ਮੁੱਕਰੀ ਗੁਰਬਤ ਨੂੰ? ਇਹ ਕੋਈ ਅਸੂਲ ਨਹੀਂ, ਕੋਈ ਕਾਨੂੰਨ ਨਹੀਂ ਹੈ, ਕੋਈ ਤਬਦੀਲੀ, ਅਸੀਂ ਕੋਈ ਤਬਦੀਲੀ ਕੋਈ ਖੁਸ਼ ਨਹੀਂ ਆ। ਨਹੀਂ ਸਰ, ਅਸੀਂ ਮੁਤਮਿਨ ਨਹੀਂ, ਬਹੁਤ ਜ਼ਿਆਦਾ ਮਹਿੰਗਾਈ ਹੋ ਗਈ ਹੈ, ਹਰ ਰੋਜ਼ ਜਿਹੜਾ ਆ ਜਾਇਆ ਟੈਕਸ ਲੱਗ ਗਿਆ, ਅੱਜ ਫਲਾਣਾ ਟੈਕਸ ਲੱਗ ਗਿਆ, ਇਹ ਕਿਸੇ ਤਰ੍ਹਾਂ ਦੀ ਹਕੂਮਤ ਹੋ ਰਹੀ ਹੈ ਸਾਨੂੰ ਤੇ ਇਸ ਚੀਜ਼ ਦਾ ਕੋਈ ਪਤਾ ਨਹੀਂ। ਆਵਾਮ ਦਾ ਹੱਕ ਹੈ ਨਾ, ਹੱਕ ਹੈ ਠੀਕ ਹੈ, ਲੇਕਿਨ ਕੋਈ ਮੁਰਗੀ ਆਂਡਾ ਦੇ ਦਿੰਦੀ ਹੈ ਤੇ ਉਹਨੂੰ ਟੈਕਸ ਲਾ ਦਿੱਤਾ ਜੀ, ਫਲਾਣੀ ਚੀਜ਼ ਤੇ ਟੈਕਸ ਲਾ ਦਿੱਤਾ, ਹਰ ਚੀਜ਼ ਤੇ ਟੈਕਸ ਲੱਗ ਗਿਆ। ਪਹਿਲੇ ਨਹੀਂ ਮੁਲਕ ਚੱਲਦਾ, ਪਹਿਲੇ ਵੀ ਤੇ ਮੁਲਕ ਚਲਾ ਰਹੇ ਹਨ। ਅਗਰ ਤੁਸੀਂ ਪਹਿਲਾਂ ਟੈਕਸ ਦਿੱਤਾ ਹੁੰਦਾ ਤੇ ਮੁਲਕ ਤੇ ਕਰਜ਼ਾ ਨਾ ਚੜਦਾ, ਤਾਂ ਇਸ ਗੱਲ ਦਾ ਪਤਾ? ਕਰਜ਼ਾ ਤੇ ਸ਼ੁਰੂ ਤੋਂ ਹੀ ਚੜਿਆ, ਕਰਜ਼ਾ ਅੱਜ ਨਵਾਂ ਚੜ ਗਿਆ ਕਿ ਇਹਨਾਂ ਦਾ ਕਹਿਣਾ ਨਾ ਕਿ ਅਸੀਂ ਪਹਿਲਾਂ ਟੈਕਸ ਨਹੀਂ ਦਿੰਦੇ। ਅਗਰ ਉਦੋਂ ਟੈਕਸ ਦਿੱਤਾ ਹੁੰਦਾ, ਤੁਹਾਨੂੰ ਪਤਾ ਬਾਹਰ ਦੀਆਂ ਹਕੂਮਤਾਂ 'ਚ ਹਰ ਇੱਕ ਚੀਜ਼ ਤੇ ਟੈਕਸ ਲੱਗਾ ਹੁੰਦਾ। ਹਾਂਜੀ ਲੱਗਾ ਹੁੰਦਾ ਨਾ, ਸਹੀ, ਲੋਕੀ ਰੁਟੀਨ ਨਾਲ ਦੇਈ ਜਾਂਦੇ, ਮੁਲਕ ਦਾ ਨਿਜ਼ਾਮ ਹੀ ਚੱਲਦਾ। ਠੀਕ ਹੈ, ਤੁਹਾਨੂੰ ਪਹਿਲਾਂ ਟੈਕਸ ਦੇਣ ਦੀ ਆਦਤ ਨਹੀਂ, ਹੁਣ ਖਾਨ ਸਾਹਿਬ ਤੇ ਕਿਉਂ ਗਿਲਾ ਕਰਦੇ? ਸਾਰੇ ਹਕੂਮਤ ਜਿਹੜੀ ਹੈ ਨਾ ਬਿਲਕੁਲ ਨਾਕਾਮ ਹੈ, ਇਹਨੇ ਇੱਕ ਚਵਾਨੀ ਦਾ ਕੰਮ ਨਹੀਂ ਕੀਤਾ, ਰੋਡ ਸਾਰੇ ਟੁੱਟ ਗਏ ਨੇ, ਕਿਸੇ ਰੋਡ ਨਹੀਂ ਬਣਾਇਆ, ਕੋਈ ਕਿਸੇ ਕੋਈ ਕੰਮ ਨਹੀਂ ਹੋ ਰਿਹਾ, ਸਰਕਾਰੀ ਤੌਰ 'ਤੇ ਕਿਸੇ ਕੋਈ ਕਿਤੇ ਵੀ ਕੰਮ ਨਹੀਂ ਹੋ ਰਿਹਾ ਕੋਈ, ਇਹ ਜਿਹੜਾ ਨਾ ਹਕੂਮਤ ਬਿਲਕੁਲ ਨਾਕਾਮ ਹੈ, ਬਸ ਇਹ ਚੰਦ ਦਿਨਾਂ ਦੀ ਮਹਿਮਾਨ। ਬਿਲਕੁਲ ਨਹੀਂ ਮਤਮੈਂ, ਕਿਉਂ ਇਹ ਤੁਹਾਡੇ ਸਾਹਮਣੇ ਸਾਰੀ ਸੂਰਤ ਹਾਲ, ਕਾਰੋਬਾਰ ਸਾਰੇ ਤਬਾਹ ਹੋਣ ਡੇ ਨੇ, ਆਏ ਦਿਨ ਨਵਾਂ 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 ਟੈਕਸ, ਨਵਾਂ ਨਵਾਂ ਟੈਕਸ, ਕੋਈ ਸਮਝ ਨਹੀਂ। ਬਾਹਰ ਇੱਕ ਜਿਹੜਾ ਬਾਹਰ ਦੇ ਮੁਲਕਾਂ 'ਚ ਵੀ ਹੁੰਦਾ ਹੈ ਨਾ, ਪਰ ਬਾਹਰ ਦੇ ਮੁਲਕਾਂ ਦੇ ਹਿਸਾਬ ਨਾਲ ਉਹ ਕੋਈ ਪਰਸੈਂਟੇਜ ਦੇ ਹਿਸਾਬ ਨਾਲ ਇੱਥੇ ਜੋ ਵੀ ਹੈ ਖੋਤੇ ਘੋੜੇ ਦੀ ਕੋਈ ਪਹਿਚਾਣ ਨਹੀਂ, ਸਾਰਿਆਂ ਨੂੰ ਬਸ ਮਾਰੀ ਦਵਾਈ ਜਾਂਦੇ ਨੇ ਬਸ। ਅਸੀਂ ਤਾਂ ਪੂਰੇ ਮੁਤਮਨ, ਕਿੰਜ ਮੁਤਮਨ, ਬੋਤਲ ਠੀਕ ਹੈ, ਚੱਲਦਾ ਪਿਆ ਠੀਕ ਹੈ, ਜਿਹੜੀ ਇੰਨੀ ਮਹਿੰਗਾਈ ਕਰ ਛੱਡੀ, ਕੋਈ ਗੱਲ ਨਹੀਂ, ਦੁਨੀਆਂ ਦੇ ਨਾਲ ਹੀ ਹੈ, ਉਹਦੇ ਵੱਸ ਦਾ ਰੋਗ ਨਹੀਂ, ਕੋਈ ਗੱਲ ਨਹੀਂ, ਮਹਿੰਗਾਈ ਹੋਈ ਤਾਂ ਫਿਰ ਕੀ ਹੋਇਆ, ਲੇਕਿਨ ਆਵਾਮ ਇੰਨੀ ਗਰੀਬ ਚੱਕੀ ਮਹਿੰਗਾਈ ਦੀ ਪੀਸਦੀ ਪਈ ਹੈ। ਇਹ ਸ਼ੁਰੂ ਤੋਂ ਲੱਗ ਕੇ ਬਾਬੇ ਆਦਮ ਲੈ ਸਲਾਮ ਤੋਂ ਲੱਗ ਕੇ ਹੁਣ ਤੱਕ ਪੀਸਦੀ ਆਉਣੀ, ਕੋਈ ਪੀਸ ਨਹੀਂ, ਕੋਈ ਧੱਕੇ ਛੱਕੇ ਨਹੀਂ। ਲੋਕ ਕਹਿ ਰਹੇ ਨੇ ਕਾਰੋਬਾਰ ਬੰਦ ਪਏ, ਕੋਈ ਕਾਰੋਬਾਰ ਬੰਦ ਨਹੀਂ, ਸਾਰੀ ਦੁਨੀਆ ਕਮਾਉਂਦੀ ਹੈ, ਸਾਰੀ ਦੁਨੀਆ ਖਾਂਦੀ ਹੈ, ਸਾਰੀ ਦੁਨੀਆ ਮੌਜ ਲੈਂਦੀ ਹੈ। ਮੱਛਰ ਜਾਣਾ ਲੜਦਾ, ਜਾ ਕੇ ਵੇਖੋ ਜੇ ਨਹੀਂ ਲੜਦਾ ਤੇ ਅਸੀਂ ਜ਼ੁਲਮਦਾਰ ਹਾਂ, ਚਲੋ ਮੇਰੇ ਨਾਲ ਆ ਜਾਓ। ਪਾਣੀ ਦਾ ਨਖਾਸ ਕਿਸੇ ਪਾਸ ਹੋਏ ਤੇ ਜਾਏਗਾ, ਗਰੀਬ ਬੰਦੇ ਕੀ ਕਰਨ, ਠੀਕ ਹੈ? ਅੱਜ ਤਾਂ ਜਿਹਦੀ ਘੁੰਮਦਾ ਹੈ ਤੇ ਵੋਟ ਜਾਂਦੇ, ਗਰੀਬ ਆਦਮੀ ਵੋਟ ਦਿੰਦੇ ਨੇ, ਭਾਵੇਂ ਖਾਣ ਦੀ ਹੋਵੇ ਤੇ ਭਾਵੇਂ ਮੀਂਹ ਦੀ ਹੋਵੇ, ਹਾਂ ਤੇ ਵੋਟ ਦਿੱਤੇ ਨੇ ਤੇ ਮੀਂਹ ਸ਼ੇਰ ਨੂੰ ਵੋਟ ਦਿੱਤੇ ਤਾਂ ਬੱਲੇ ਨੂੰ ਵੋਟ ਦਿੱਤਾ, ਕੰਮ ਸ਼ੰਮ ਜਾ ਕੇ ਵੇਲੋ ਜਾਂਦਾ, ਪਾਣੀ ਗਲਤ ਨਾ ਹੋਏਗਾ ਤੇ ਜੋ ਮਰਜ਼ੀ ਕਿਹੋ। ਲੇਕਿਨ ਇਮਰਾਨ ਖਾਨ ਸਾਹਿਬ ਤੇ ਕਹਿ ਰਹੇ ਨੇ ਕਿ ਮੈਂ ਗਰੀਬ ਆਮ ਵਾਸਤੇ ਬਹੁਤ ਕੁਝ ਕਰ ਰਹੇ ਹਾਂ, ਗਰੀਬ ਰਹਿਣ ਕੋਈ ਨਹੀਂ ਦੇਣਾ, ਗਰੀਬ ਮਾਰ ਛੱਡਣੇ ਨੇ, ਬੱਚੇ ਤਾਂ ਕੰਮ ਕਰੇਗਾ, ਗਰੀਬ ਨੇ ਰਹਿਣਾ ਕਾਲੀ ਦੁਨੀਆਂ 'ਤੇ। ਕਾਰੋਬਾਰ ਜਿਹੜੇ ਨੇ ਵਸੀਹ ਹੋ ਜਾਣਗੇ, ਲੋਕ ਖੁਸ਼ਹਾਲ, ਬਸ ਉਹ ਵਕਤ ਨੇੜੇ ਆ ਗਿਆ ਜਦੋਂ ਆਵਾਮ ਖੁਸ਼ਹਾਲ ਹੋ ਜਾਏ, ਬਈ ਜਦੋਂ ਆਏਗਾ ਤਾਂ ਫਿਰ ਤਾਂ ਪਤਾ ਲੱਗੇਗਾ ਹਾਲ ਮੌਕਾ ਤਾਂ ਕੱਖ ਵੀ ਨਹੀਂ ਬਣਦਾ ਪਿਆ। ਹਾਂ ਤਾਂ ਕਹਿ ਰਿਹਾ ਕਿ ਤਰੱਕਿਆਤੀ ਕੰਮ ਜ਼ੋਰੋ ਸ਼ੋਰ ਨਾਲ ਹੋ ਰਹੇ ਨੇ, ਠੀਕ ਹੈ, ਗਰੀਬ ਆਮ ਦੀ ਸੁਣੀ ਜਾ ਰਹੀ ਹੈ, ਗਰੀਬ ਆਮ ਇਨਸ਼ਾਅੱਲਾ ਤਰੱਕੀ ਕਰੇਗੀ। ਸਰ ਉਹਨਾਂ ਦੇ ਇਲੈਕਸ਼ਨ ਤੋਂ ਪਹਿਲੇ ਵੀ ਬੜੇ ਬੜੇ ਵਾਅਦੇ ਕੀਤੇ ਹਨ, ਉਹ ਵਾਅਦੇ ਕਿੱਥੇ ਗਏ ਨੇ? ਉਹ ਹੁਣ ਵੀ ਇਸੇ ਤਰ੍ਹਾਂ ਝੂਠੇ ਵਾਅਦੇ ਕਰਦੇ ਨੇ ਕਿ ਇਸੇ ਤਰ੍ਹਾਂ ਹੋ ਜਾਏਗਾ ਜਾਂ ਇਸੇ ਤਰ੍ਹਾਂ ਹੋ ਜਾਏਗਾ, ਪਹਿਲੇ ਵੀ ਤਾਂ ਵਾਅਦੇ ਕੀਤੇ ਗਏ ਹਨ, ਉਹ ਕਿੱਥੇ ਗਏ ਨੇ, ਕਿੱਥੇ ਕਿਹੜਾ ਪੂਰਾ ਹੋਇਆ? ਸਾਲ ਇੱਕ ਗੁਜ਼ਰ ਗਿਆ, ਵਾਅਦਾ ਤਾਂ ਕੋਈ ਨਹੀਂ ਪੂਰਾ ਹੋਇਆ, ਕੋਈ ਆਹਾਂ ਤਾਂ ਕੋਈ ਨਹੀਂ ਵੇਖਿਆ ਜਿਹੜਾ ਉਹਨਾਂ ਵਾਅਦਾ ਪੂਰਾ ਕੀਤਾ ਹੋਏ। ਉਹ ਆਉਂਦੇ ਹਨ ਜੀ ਅਸੀਂ ਜਿਹੜਾ ਨਾ ਕਰਜ਼ਾ ਨਹੀਂ ਲਵਾਂਦੇ, ਫਿਰ ਉਹ IMF ਕੋ ਜਾ ਕੇ ਕਰਜ਼ਾ ਲੈ, ਪੈਸਾ ਹੀ ਕੋਈ ਨਹੀਂ ਆ। ਇਹ ਸਰ ਹਰ ਬੰਦਾ ਇਹ ਵੀ ਆਉਂਦਾ, ਜਿਹੜਾ ਬੰਦਾ ਆਉਂਦਾ ਉਹ ਵੀ ਆਉਂਦਾ, ਦਿਵਾਲੀਆ ਹੋ ਗਿਆ, ਦਿਵਾਲੀਆ ਹੋ ਗਿਆ, ਅਲਹਮਦੁਲਿਲਾ ਇੰਨੇ 74-75 ਸਾਲ ਹੋ ਗਏ ਨੇ ਪਾਕਿਸਤਾਨ ਨੂੰ ਬਣਿਆ, ਦਿਵਾਲੀਆ ਤਾਂ ਨਹੀਂ ਹੋ ਗਿਆ ਕਿਤੇ ਵੀ, ਨਹੀਂ ਕੁਝ ਵੀ ਹੋ ਗਿਆ, ਸਿਰਫ ਕੰਮ ਵੀ ਹੁੰਦੇ ਹਨ ਪਹਿਲੇ ਕੰਮ ਵੀ ਹੁੰਦੇ ਹਨ ਜੇ ਕਰਜ਼ੇ ਲੈ ਜਾਂਦੇ ਹਨ, ਪਹਿਲੇ ਕੰਮ ਵੀ ਹੁੰਦੇ ਹਨ, ਹੁਣ ਕਰਜ਼ੇ ਲੈ ਜਾਂਦੇ ਨੇ, ਕੰਮ ਵੀ ਕੋਈ ਨਹੀਂ ਹੁੰਦੇ। ਸਰ ਸੜਕਾਂ ਸਾਰੀਆਂ ਟੁੱਟ ਗਈਆਂ ਨੇ,
ਨਵਾਜ਼ ਸ਼ਰੀਫ ਦੀਆਂ ਬਣਾਈਆਂ ਸੜਕਾਂ ਸਾਰੀਆਂ ਟੁੱਟ ਗਈਆਂ ਨੇ, ਕਿਸੇ ਬੰਦੇ ਆਹਾਂ ਨਹੀਂ ਵੇਖਿਆ ਕਿਤੇ ਸਰਕਾਰੀ ਤੌਰ 'ਤੇ ਕੋਈ ਕੰਮ ਹੁੰਦਾ। ਹਾਂਜੀ, ਨਹੀਂ ਅਸੀਂ ਨਹੀਂ ਮੌਤ, ਇਹ ਹਕੂਮਤ ਨੇ ਆਵਾਮ ਵਾਸਤੇ ਕੁਛ ਨਹੀਂ ਕੀਤਾ, ਇਸ ਵਾਸਤੇ ਕਿ ਮਹਿੰਗਾਈ ਬਹੁਤ ਜ਼ਿਆਦਾ ਕਰ ਦਿੱਤੀ ਹੈ, ਜਿਹਦੇ ਨਾਲ ਗਰੀਬ ਆਵਾਮ ਜਿਹੜਾ ਉਹਦੀ 'ਤੇ ਕਮਰ ਤੋੜ ਦਿੱਤੀ ਇਹਨਾਂ ਨੇ, ਮਹਿੰਗਾਈ 100% ਕਰ ਦਿੱਤੀ ਇਹਨਾਂ ਨੇ। ਮਸਲਾਂ ਮਜ਼ਦੂਰਦਾਰ ਬੰਦਾ ਇਤਨਾ ਤੰਗ ਹੈ ਕਿ ਘਰ ਦੀ ਰੋਟੀ ਤੋਂ ਸ਼ਾਮ ਨੂੰ ਤੰਗ ਹੈ। ਲੇਕਿਨ ਮਸਲਾਂ ਖਾਨ ਸਾਹਿਬ ਦਾ ਕਹਿਣਾ ਹੈ ਕਿ ਅਸੀਂ 3 ਮਾਹ 6 ਮਾਹ 'ਚ ਠੀਕ ਕਰ ਦਿਆਂਗੇ, ਅੱਜ ਤੱਕ ਕੋਈ ਕੰਮ ਨਹੀਂ ਕੀਤਾ, ਫੈਕਟਰੀਆਂ ਬੰਦ ਨੇ, ਮਜ਼ਦੂਰਦਾਰ ਧੱਕੇ ਖਾ ਰਹੇ ਨੇ, ਟੈਕਸ ਇੰਨੇ ਲਾ ਦਿੱਤੇ ਨੇ ਕਿ ਹਰ ਬੰਦੇ ਨੂੰ ਟੈਕਸ, ਹਰ ਬੰਦੇ ਨੂੰ ਟੈਕਸ, ਹਰ ਬੰਦਾ ਟੈਕਸ ਦੇ ਕੇ ਰੋਟੀ ਕਮਾ ਕੇ ਖਾ, ਜਦੋਂ ਇੱਕ ਬੰਦੇ ਨੂੰ ਮਜ਼ਦੂਰੀ ਨਹੀਂ ਮਿਲਣੀ ਤਾਂ ਉਹ ਕੀ ਕਰੇਗਾ। ਕਹਿ ਰਹੇ ਨੇ ਕਿ ਥੋੜ੍ਹੀ ਦੇਰ ਹੀ ਹੈ, ਥੋੜ੍ਹੀ ਦੇਰ ਹੈ, ਇਸ ਤਰ੍ਹਾਂ ਹਕੂਮਤ ਕਰਦਿਆਂ ਕਰਦਿਆਂ 5 ਸਾਲ ਗੁਜ਼ਰ ਜਾਣੇ ਨੇ, ਅੱਜ ਤੱਕ ਕੁਛ ਵੀ ਨਹੀਂ ਬਣਨਾ, ਕੁਛ ਨਹੀਂ ਇਹਨੇ ਕਰਨਾ, ਕੁਛ ਵੀ ਨਹੀਂ ਕਹਿ ਰਿਹਾ। ਜੇ ਕਰੇ ਤਾਂ ਕੁਛ ਕਰੇ ਨਾ, ਇਹ ਤਾਂ ਬਸ ਪੱਕੀ ਦੀ ਹਾਂਡੀ 'ਤੇ ਆ ਕੇ ਬਹਿ ਗਿਆ। ਸਰ ਜੀ, ਜਿੰਨਾ ਨਵਾਜ਼ ਸ਼ਰੀਫ ਹੁਣਾਂ ਨੇ 5 ਸਾਲਾਂ 'ਚ ਲਿਆ ਸੀ ਕਰਜ਼ਾ, 1 ਸਾਲ 'ਚ ਇਹਨੇ ਡਬਲ ਲੈ ਲਿਆ ਵੇ, ਹੋਰ ਕੀ ਕਰੇ, ਆਵਾਮ ਡਬਲ ਹੀ ਲੈ ਲਿਆ। ਕਿਸ਼ਤ ਵੀ ਵਾਪਸ ਹੋ ਗਈ, ਕੋਈ ਕਿਸ਼ਤ ਨਹੀਂ ਵਾਪਸ ਹੋਈ, ਐਂ ਭੁਲੇਖਾ ਹੀ ਹੈ। ਸਾਨੂੰ ਲੋਕਾਂ ਨੇ ਕੀਤਾ ਤਾ ਵੇ, ਬਦਮਾਸ਼ ਇਕੱਠੇ ਕਰ ਲਏ ਨੇ, ਹਾਂ, ਜਿਹਨੂੰ ਜਿਹੜਾ ਥੋੜ੍ਹਾ ਜਿਹਾ ਬੋਲਦਾ ਉਹਨੂੰ ਫੜ ਕੇ ਨੱਦੇ ਛੱਡਦੇ ਨੇ। ਇਮਰਾਨ ਖਾਨ ਮੁਰਦਾਬਾਦ ਹੈ, ਜ਼ਿੰਦਾਬਾਦ ਕਿੱਥੋਂ ਹੈ? ਇਹ ਤਾਂ ਪੂਰੇ ਮੁਤਮੈਨ ਆ ਜੀ, ਕਿਉਂਕਿ ਆਵਾਮ ਭੁੱਖੀ ਮਰ ਰਹੀ ਹੈ, ਠੀਕ ਵੀ ਮੁਤਮੈਨ ਆ, ਜਲੀਲ ਹੋ ਰਹੇ ਨੇ ਮਾੜੇ ਬੰਦੇ। ਹਾਂਜੀ, ਅਤੇ ਉਹ ਦਿਨਾਂ ਦਾ ਚੱਲਦਾ, ਉਹ ਤਾਂ ਕਹਿ ਰਹੇ ਨੇ ਚੱਲੇ ਤਾਂ 2 ਸਾਲ ਰਹੀਏ, ਖਲੋਈਓ ਸਾਲ ਖਲੋਈਓ, ਉਹਨਾਂ ਨੇ ਪਤੀਲੇ ਕਹਿਦਾ ਕਹੇ ਨੇ ਅਤੇ ਚਲਾਈ ਜਾ ਰਹੇ, ਜਿਹੜੇ ਆ ਮਾਤੜ ਜਿਹੇ ਨੇ, ਇਹ ਕਹਿੰਦੇ ਨੇ ਕੀ ਚਲਾ ਰਿਹਾ, ਅਤੇ ਘਿਓ 150 ਹੀ ਹੁਣ 200 ਚੱਲ ਰਿਹਾ, ਚੀਨੀ 50-60 ਤੇ ਜਾਂਦੀ। ਸਾਹਿਬ ਕਹਿੰਦੇ ਨੇ ਨਾ ਕਿ ਮੈਂ ਗਰੀਬ ਕੋਈ ਨਹੀਂ ਰਹਿਣ ਦਿਆ। ਹਾਂਜੀ, ਕੋਈ ਨਹੀਂ ਰਹੇ ਤਾਂ ਮੁੱਕ ਜਾਂਦੇ, ਹਾਂਜੀ ਰਿਹਾ ਤਾਂ ਮੁੱਕ ਜਾਂਦੇ। ਉਸਨੇ ਕੌਣ ਸਾ ਗਲਤ ਕੰਮ ਕੀਆ, ਸਾਰਾ ਅੱਛਾ ਕੰਮ ਕੀਆ, ਇਹ ਵੀ ਸੋਚੋ ਅਗਰ ਕਸ਼ਮੀਰੀ ਕੇ ਲਈ ਕੰਮ ਕੀਆ, ਹਰ ਸਾਰੇ ਦੁਨੀਆ ਮੈਂ ਉਸਕਾ ਆਵਾਜ਼ ਉਠਾਇਆ, ਅਭੀ ਤੱਕ ਕਿਸੇ ਨੇ ਉਸਕਾ ਆਵਾਜ਼ ਉਠਾਇਆ। ਦੇਖਣੇ ਜੋ ਜਿਤਨੀ ਮਹਿੰਗਾਈ ਕਰਦੀ ਹੈ ਖਾਨ ਸਾਹਿਬ, ਮਹਿੰਗਾਈ ਭਾਈ ਕੀ ਮਹਿੰਗਾਈ ਕੀ, ਮਹਿੰਗਾਈ ਸੇ ਕਾਮ ਗੈਰ ਕਾਮ ਵੀ ਨਹੀਂ ਹੋਤੇ ਨਾ, ਪਹਿਲੇ ਕਿਤਨਾ ਉਹ ਕਰਪਸ਼ਨ ਹੁਆ, ਸਾਰਾ ਮੁਲਕ ਨੀਚਾ ਆਇਆ, ਅਭੀ ਤੋ ਉੱਪਰ ਜਾਣੇ ਕੋਈ ਕੁਛ ਨਾ ਕੁਛ ਤਾਂ ਕਰਨਾ ਪੈਣਾ ਨਾ। ਲੇਕਿਨ ਉਹ ਜੋ ਇਮਰਾਨ ਖਾਨ ਸਾਹਿਬ ਕਹਿ ਰਹੇ ਤੇ ਗਰੀਬ ਆਦਮੀ ਨਹੀਂ ਛੋੜੂੰਗਾ, ਗਰੀਬ ਆਦਮੀ ਕਿਹਾ ਉਸਨੇ ਤਾਂ ਕੁਛ ਨਹੀਂ ਇਤਨਾ ਬਤਾਇਆ, ਉਸਨੇ ਤਾਂ ਬਸ ਆਵਾਮ ਬਸ ਵੈਸੇ ਚੇਖੇ ਨਿਕਲਦੇ, ਉਸਨੇ ਤਾਂ ਇਤਨਾ ਮਹਿੰਗਾਈ ਵੀ ਨਹੀਂ ਕਿਹਾ, ਇਹ ਤਾਂ ਬਸ ਵੈਸੇ ਹੀ ਲੋਕ ਕਹਿ ਰਹੇ ਜੋ ਮਹਿੰਗਾਈ ਹੋ ਮਹਿੰਗਾਈ, ਇਤਨਾ ਮਹਿੰਗਾਈ ਤਾਂ ਨਹੀਂ ਹੈ ਜਿਤਨਾ ਉਹ ਲੋਕ ਕਹਿ ਰਹੇ। ਕਿਉਂ ਨਹੀਂ ਹੈ ਵੀ ਇਤਨੇ ਲੋਕਾਂ ਨੇ ਇਹ ਇੰਟਰਵਿਊ ਦਿਆ, ਉਹ ਕਹਾ ਮਹਿੰਗਾਈ ਹੋ ਗਈ ਹੈ, ਉਹ ਯਾਰ ਕੀ ਮਹਿੰਗਾਈ ਹੋ ਗਈ, ਇਤਨਾ ਮਹਿੰਗਾਈ, ਕਾਰੋਬਾਰ ਬੰਦ ਹੋ ਗਏ ਆਪ ਕਹਿ ਰਹੇ ਹੋ, ਮੁਤਮੈਨ ਆ ਖਾਨ ਸਾਹਿਬ ਜੀ? ਭਾਈ ਉਹ ਤਾਂ ਠੀਕ ਹੈ ਬਾਤ, ਮਹਿੰਗਾਈ ਵੀ ਹੋ ਗਈ ਲੇਕਿਨ ਇਤਨਾ ਤਾਂ ਨਹੀਂ ਹੈ, ਲੇਕਿਨ ਸਾਰਾ ਬੋਝ ਤਾਂ ਉਸਨੇ ਨਹੀਂ ਉਠਾਉਣਾ, ਕਹਿੰਦਾ ਹਮ ਵੀ ਤੋਰਾ ਪੋਤ ਬੋਝ ਤਾਂ ਉਠਾਉਣਾ ਪੈਣਾ, ਕਹਿੰਦਾ ਠੀਕ ਹੀ ਚੱਲਦਾ ਪਿਆ। ਮੈਂ ਕਿਹਾ ਖੁਸ਼ਹਾਲ ਜੀ ਰਿਹਾ ਸੀ, ਇਸ ਕੇ ਬਗੈਰ ਕੰਮ ਵੀ ਨਹੀਂ ਹੋਤਾ ਨਾ।